छोटे साहबजादे की उम्र की सी उदो जो शहीद हो गए सी तो मैं भला जेल नहीं जा सकती। सतिकाल पंजाबी ट्रेडिशन जुड़े हो तो मैं जस्सी पड़ैच। दोस्तों गल करिए कि पंजाब ना साडा शुरू तो ही बगावती रहा, बगावत का हिस्सा रहा, चाहे वह 47 की गल कर लिए चाहे वह 84 की गल कर लिए। बहुत सारिया असी कहानियां सुनिया, इस कहानी एक फिल्मी रूप दिता PTC पंजाबी ने। सो दोस्तों फिल्म आ रही है बागी दी ती, ट्रेलर आप वेख्या। सो ट्रेलर के खास अदाकार नाल गलबात करांगे कुलजिंदर सिद्धू ते दिलनूर कौर। भाई सत श्रीकाल जी। सत श्रीकाल जस्सी। ਜ਼ਰੂਰ, ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਬਿਲਕੁਲ ਭਾਅ ਜੀ, ਜਿੱਦਾਂ ਗੱਲ ਕਰੀ ਨਾ, ਮੈਂ ਤੁਹਾਡੇ ਨਾਲ ਕਰਦਾ ਸੀ ਕਿ ਜਦੋਂ ਅਸੀਂ ਕੁਝ ਚੰਗੇ ਸਬਜੈਕਟ ਦੀ ਗੱਲ ਕਰਦੇ ਹਾਂ ਤੁਹਾਡੇ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ। ਜੀ ਥੈਂਕ ਯੂ। ਚਾਹੇ ਉਹ ਯੋਧਾ ਦੀ ਗੱਲ ਕਰ ਲਈਏ, ਸਾਡੇ ਹੱਕ ਦੀ ਗੱਲ ਕਰ ਲਈਏ। ਜੀ ਬਾਗੀ ਦੀ ਧੀ ਇਹ ਕੁਲਜਿੰਦਰ ਹੋਰਾਂ ਨੇ ਕਹਾਣੀ ਨੂੰ ਚੁਣਿਆ ਜਾਂ ਕਹਾਣੀ ਨੇ ਕੁਲਜਿੰਦਰ ਹੋਰਾਂ ਨੂੰ ਚੁਣਿਆ? ਕਹਾਣੀ ਨੇ ਕੁਲਜਿੰਦਰ ਨੂੰ ਚੁਣਿਆ ਮੈਂ ਕਹੂੰਗਾ, ਕਿਉਂਕਿ ਜਦੋਂ ਮੈਨੂੰ ਕੋਈ ਤੇ ਵੀ ਚੰਗਾ ਕੰਟੈਂਟ ਕਦੀ ਸੁਣਨ ਨੂੰ ਮਿਲਦਾ ਪਤਾ ਲੱਗਦਾ ਤੇ ਮੈਂ ਉਹਦੇ ਲਈ ਹਮੇਸ਼ਾ ਓਪਨ ਹੋ ਜਾਂਦਾ। ਮੇਰੇ ਲਈ ਉਹ ਪਹਿਲੀ ਪ੍ਰਾਇਰਟੀ ਬਣ ਜਾਂਦੀ ਹੈ ਕਿ ਚੰਗਾ ਕੰਟੈਂਟ ਹੈ ਕਰਨਾ, ਨੋ ਮੈਟਰ ਵੱਟ। ਮਤਲਬ ਬਾਕੀ ਚੀਜ਼ਾਂ ਵੀ ਐਕਟਰਾਂ ਦੇ ਲਈ ਹੁੰਦੀਆਂ ਨੇ ਕਿ ਪੈਸੇ ਕਿੰਨੇ ਮਿਲ ਰਹੇ ਆ, ਕਿੱਥੇ ਸ਼ੂਟ ਹੋਣੀ ਆ, ਫੈਸਿਲਿਟੀ ਕੀ ਆ, ਪ੍ਰੋਡਕਸ਼ਨ ਹਾਊਸ ਕੌਣ ਹੈ, ਬਾਕੀ ਚੀਜ਼ਾਂ ਵੀ ਮੈਟਰ ਕਰਦੀਆਂ ਅਤੇ ਪਰ ਮੇਰੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਹਾਣੀ ਮੈਟਰ ਕਰਦੀ ਹੈ। ਸੋ ਜਦੋਂ ਮੈਨੂੰ ਪਾਲੀ ਭੁਪਿੰਦਰ ਹੋਣਾ ਨੇ ਪਹਿਲੀ ਵਾਰ ਦੱਸਿਆ ਕਿ ਇਸ ਤਰ੍ਹਾਂ ਇਸ ਤਰੀਕੇ ਦਾ ਇੱਕ ਕੰਟੈਂਟ ਹੈ, ਗੁਰਮੁਖ ਸਿੰਘ ਸਾਫਰ ਹੋਣਾ ਦੀ ਬਣੀ ਹੋਈ ਜਿਹੜੀ ਕਹਾਣੀ ਹੈ ਉਹਨੂੰ ਮੈਂ ਸਕਰੀਨ ਪਲੇ ਕੀਤਾ ਹੈ ਅਤੇ PTC ਉਹਦੀ ਪ੍ਰੋਡਕਸ਼ਨ ਕਰ ਰਿਹਾ ਅਤੇ ਮੈਂ ਉਹਨਾਂ ਨੂੰ ਰਿਕਮੈਂਡ ਕੀਤਾ ਅਤੇ ਤੈਨੂੰ ਕਾਲ ਆਏਗੀ ਅਤੇ ਸੁਣ ਲਈ ਜ਼ਰੂਰ ਇੱਕ ਵਾਰੀ। ਮੈਂ ਕਿਹਾ ਜੀ ਜ਼ਰੂਰ। ਅਤੇ ਫਿਰ ਉਸ ਤੋਂ ਬਾਅਦ ਫਿਰ ਮੇਰੀ ਗੌਤਮ ਸਰ ਨਾਲ ਮੀਟਿੰਗ ਹੋਈ, ਇੱਥੇ PTC ਦੇ ਆਫਿਸ 'ਚ ਬੈਠ ਕੇ ਸੁਣੀ ਅਤੇ ਮੈਂ ਬਸ ਕਹਾਣੀ ਤੋਂ ਬਾਅਦ ਮੈਂ ਕਿਹਾ ਜੀ ਮੈਂ ਕਰ ਰਿਹਾ ਨੋ ਮੈਟਰ ਵਾਟ, ਬਸ ਇੰਨਾ ਹੀ ਸੀ। ਦਿਲਦੂ ਟ੍ਰੇਲਰ ਵੇਖਿਆ ਨਾ, ਇਹ ਪੂਰੀ ਫਿਲਮ ਦਾ ਫੋਕਸ ਤੁਹਾਡੇ 'ਤੇ ਆ, ਹੈ ਨਾ? ਇੱਕ ਤੁਸੀਂ ਮੇਨ ਤੁਹਾਡਾ ਕਰੈਕਟਰ ਇਸ ਫਿਲਮ ਦੇ ਵਿੱਚ, ਸੋ ਕਿਵੇਂ ਦਾ ਰਿਹਾ ਉਹ ਚੀਜ਼ ਨੂੰ? ਡਰ ਸੀਗਾ ਇੰਨਾ ਵੱਡਾ ਕਰੈਕਟਰ ਨਿਭਾਉਣਾ, ਕਿਵੇਂ ਦਾ ਸੀਗਾ? ਡਰ ਵੀ ਸੀ ਇੱਕ ਤਰ੍ਹਾਂ ਨਾਲ, ਬਾਕੀ ਸਾਰੀ ਟੀਮ ਨੇ ਬਹੁਤ ਸਾਥ ਦਿੱਤਾ ਤਾਂ ਹੌਲੀ ਹੌਲੀ ਡਰ ਖਤਮ ਹੋ ਗਿਆ। ਅਤੇ ਜਦੋਂ ਆਪਾਂ ਕੋਈ ਚੀਜ਼ 2-3 ਦਿਨ ਲਗਾਤਾਰ ਕਰਦੇ ਹਾਂ ਉਸ ਤੋਂ ਬਾਅਦ ਆਪਣਾ ਉਸ ਲਈ ਮਤਲਬ ਡਰ ਵਗੈਰਾ ਸਾਰਾ ਕੁਛ ਖਤਮ ਹੋ ਜਾਂਦਾ। ਫਿਰ ਇੱਕ ਤਰ੍ਹਾਂ ਮੈਂ ਉਸ ਕਰੈਕਟਰ ਦੇ ਵਿੱਚ ਜੀਣ ਲੱਗ ਗਈ ਸੀ ਜਿੰਨੇ ਦਿਨ ਅਸੀਂ ਸ਼ੂਟ ਕੀਤੀ ਹੈ। ਬਾਕੀ ਮੁਕੇਸ਼ ਸਰ, ਸਾਰੀ ਟੀਮ ਦਾ, ਬਹੁਤ ਜ਼ਿਆਦਾ ਸਪੈਸ਼ਲੀ ਸਰ ਦਾ, ਅਤੇ ਮਤਲਬ ਬਹੁਤ ਜ਼ਿਆਦਾ ਇਸ ਚੀਜ਼ ਦਾ ਹੱਥ ਰਿਹਾ ਕਿ ਮੈਂ ਬੈਟਰ ਕਰਾਂ, ਮਤਲਬ ਬੈਸਟ ਕਰਾਂ। ਜਦੋਂ ਤੁਸੀਂ ਕਰੈਕਟਰ ਕਰ ਰਹੇ ਸੀਗੇ, ਇਹ ਤੋਂ ਪਹਿਲਾਂ ਆਪਾਂ ਕਹਾਣੀਆਂ ਸੁਣੀਆਂ ਹੋਣੀਆਂ ਸਾਡੇ ਬਜ਼ੁਰਗਾਂ ਤੋਂ, ਸਾਡੇ ਮਾਤਾ ਪਿਤਾ ਤੋਂ, ਇਸ ਕਰੈਕਟਰ ਦੇ ਲਈ ਤੁਸੀਂ ਕਿਹਨਾਂ ਨੂੰ ਆਪਣਾ ਆਈਡਲ ਮੰਨਿਆ? ਕਿੱਥੋਂ ਤੁਸੀਂ ਆਪਣੇ ਆਪ ਨੂੰ ਕਿਵੇਂ ਢਾਲਿਆ ਇਸ ਕਰੈਕਟਰ ਦੇ ਵਿੱਚ? ਮਤਲਬ ਕਿਹੜੀ ਚੀਜ਼ ਤੁਹਾਡੇ ਸਾਹਮਣੇ ਚੱਲਦੀ ਸੀ ਜਦੋਂ ਤੁਸੀਂ ਕਰੈਕਟਰ ਕਰਦੇ ਸੀਗੇ? ਜਿੱਦਾਂ ਮੈਂ ਜਦੋਂ ਟ੍ਰੇਲਰ ਦੇਖਿਆ ਸੀ ਉਸ ਤੋਂ ਉਸ ਟਾਈਮ ਤੇ ਮੈਨੂੰ ਲੱਗ ਰਿਹਾ ਸੀ ਕਿ ਹਾਂ ਯਾਰ ਇਹ ਸਹੀ ਹੈ ਬਿਲਕੁਲ। ਮਤਲਬ ਮੈਨੂੰ ਲੱਗ ਰਿਹਾ ਸੀਗਾ ਕਿ ਮਤਲਬ ਮੈਨੂੰ ਪਹਿਲਾਂ ਤਾਂ ਡਰ ਸੀਗਾ ਕਿ ਯਾਰ ਇਹ ਮਤਲਬ ਮੈਂ ਕਿੱਦਾਂ ਕਰੂੰਗੀ, ਜੋ ਤੁਸੀਂ ਪੁੱਛ ਰਹੇ ਹੋ ਕਿ ਮੈਂ ਕੀ ਚੀਜ਼ ਦੇਖਦੀ ਸੀ ਜਦੋਂ ਮੈਂ ਕੁਛ ਕਰਦੀ ਸੀ। ਫਸਟ ਆਫ ਆਲ ਮੈਂ ਕਿਸੇ ਚੀਜ਼ ਨੂੰ ਨਹੀਂ ਦੇਖਦੀ ਸੀ, ਮੈਂ ਬਸ ਆਪਦਾ ਕਰੈਕਟਰ ਪਲੇ ਕਰਦੀ ਸੀ। ਬਾਕੀ ਜਿਹੜੇ ਮੇਰੇ ਨਾਲ ਕਰ ਰਹੇ ਹੁੰਦੇ ਸੀਗੇ, ਜਿੱਦਾਂ ਪੰਗੂ ਮੈਮ ਸਰ ਕਰ ਰਹੇ ਹੁੰਦੇ ਸੀ, ਹੋਰ ਕੋਈ ਆਰਟਿਸਟ ਕਰ ਰਹੇ ਹੁੰਦੇ ਸੀਗੇ, ਉਹਨਾਂ ਦੇ ਨਾਲ ਬਸ ਇੱਕ ਬਾਉਂਡਿੰਗ ਪਹਿਲਾਂ ਹੀ ਬਣਾ ਲੈਂਦੀ ਸੀ। ਉਹਨਾਂ ਦਾ ਕਰੈਕਟਰ ਪੜ੍ਹਦੀ ਸੀ, ਸਿਰਫ ਆਪਣਾ ਨਹੀਂ ਉਹਨਾਂ ਦਾ ਕਰੈਕਟਰ ਪੜ੍ਹਦੀ ਸੀ, ਤਾਂ ਫਿਰ ਥੋੜ੍ਹੀ ਫੀਲ ਆਉਂਦੀ ਸੀ। ਮਤਲਬ ਕਿਉਂਕਿ ਸਿਰਫ ਆਪਣੇ ਕਰੈਕਟਰ ਨੂੰ ਸਟੱਡੀ ਕਰਨਾ ਨਹੀਂ ਹੁੰਦਾ, ਜਿਹਦੇ ਨਾਲ ਤੁਸੀਂ ਕੰਮ ਕਰਨਾ ਹੈ, ਜੇ ਤੁਹਾਨੂੰ ਉਹਦਾ ਕਰੈਕਟਰ ਪਤਾ ਹੋਵੇ ਤਾਂ ਤੁਸੀਂ ਹੋਰ ਵਧੀਆ ਕਰ ਸਕਦੇ ਹੋ। ਬਿਲਕੁਲ ਕੁਲਜਿੰਦਰ ਨੇ, ਚਾਹੇ ਉਹ ਸਾਡੇ ਹੱਕ ਦੀ ਗੱਲ ਕਰੀਏ, ਉਦੋਂ ਵੀ ਕਿਸੇ ਨੂੰ ਨਜ਼ਰ ਨਹੀਂ ਆਇਆ ਸੀ ਕੁਲਜਿੰਦਰ ਨੇ, ਬਾਗੀ ਧੀ ਦੇ ਵਿੱਚ ਵੀ ਨਹੀਂ ਆਇਆ, ਯੋਧੇ ਦੇ ਵਿੱਚ ਵੀ ਨਹੀਂ ਆਇਆ। ਇਹ ਤੁਹਾਡਾ ਆਪਣਾ ਆਈਡੀਆ ਹੁੰਦਾ ਵੀ ਲੁੱਕ ਤੇ ਇੱਦਾਂ ਵਰਕ ਕੀਤਾ ਜਾਵੇ? ਪਹਿਲੀਆਂ ਦੋਨਾਂ ਫਿਲਮਾਂ ਲਈ ਤਾਂ ਮੋਸਟਲੀ ਮੈਂ ਜਿਹੜਾ ਕ੍ਰੈਡਿਟ ਹੈ, ਵੈਸੇ ਟੀਮ ਵਰਕ ਹੀ ਹੁੰਦਾ, ਕਿਉਂਕਿ ਜਦੋਂ ਪਹਿਲੀ ਫਿਲਮ ਸਾਡਾ ਹੱਕ ਸੀਗੀ ਉਦੋਂ ਮੇਰੇ ਵਾਲ ਵੂਲ ਕੱਟੇ ਸੀਗੇ, ਇੱਕ ਆਲਮੋਸਟ ਕਲੀਨ ਸ਼ੇਵ ਸੀਗਾ ਮੈਂ ਅਤੇ ਮਨਦੀਪ ਬੈਨੀਪਾਲ ਉਹਦੇ ਡਾਇਰੈਕਟਰ ਸੀਗੇ, ਅਤੇ ਉਦੋਂ ਸਾਨੂੰ ਲੱਗਾ ਕਿ ਯਾਰ ਪ੍ਰੋਸਥੈਟਿਕ ਮੇਕਅਪ ਕਰਕੇ ਈਜ਼ੀ ਹੁੰਦਾ, ਫਟਾਫਟ ਕਰਕੇ ਤੁਸੀਂ ਨਿਪਟਾ ਦਿਓ ਕੰਮ, ਪਰ ਲੱਗਾ ਕਿ ਉਹ ਕਰੈਕਟਰ ਦੀ ਲੁੱਕ ਬਣ ਹੀ ਨਹੀਂ ਰਹੀ ਜੋ ਅਸੀਂ ਚਾਹੁੰਦੇ ਹਾਂ। ਸੋ ਉੱਥੋਂ ਫਿਰ ਅਸੀਂ 7-8 ਮਹੀਨੇ ਫਿਲਮ ਲੇਟ ਕੀਤੀ, ਜਸਟ ਕਿ ਮੇਰੀ ਦਾੜੀ ਪ੍ਰੋਪਰ ਆ ਜਾਵੇ ਅਤੇ ਫਿਰ ਆਪਾਂ ਸ਼ੂਟ ਕਰਾਂਗੇ। ਸੋ ਸਿਮਿਲਰਲੀ ਯੋਧਾ ਵੇਲੇ ਵੀ, ਜਦੋਂ ਯੋਧਾ ਦੀ ਸਕ੍ਰਿਪਟ ਫਾਈਨਲਾਈਜ਼ ਹੋ ਗਈ, ਉਸ ਵੇਲੇ ਵੀ ਲੱਗਾ ਕਿ ਯੋਧਾ ਵਾਲੀ ਜੋ ਲੁੱਕ ਫੀਲ, ਜੋ ਬਾਡੀ ਅਤੇ ਜੋ ਹੋਣਾ ਚਾਹੀਦਾ, ਯੋਧਾ ਲੱਗਣਾ ਚਾਹੀਦਾ। ਪਹਿਲੀ ਗੱਲ ਤਾਂ ਇਹੀ ਹੁੰਦਾ, ਤੁਹਾਡਾ ਅੱਧਾ ਕੰਮ ਉਦੋਂ ਹੋ ਜਾਂਦਾ ਜਦੋਂ ਤੁਸੀਂ ਕਰੈਕਟਰ ਦੀ ਲੁੱਕ 'ਚ ਆ ਜਾਂਦੇ ਹੋ। ਸੋ ਉਦੋਂ ਵੀ ਇਹੀ ਸੀਗਾ, ਅਤੇ ਇਸ ਕਰਕੇ ਫਿਰ ਉਹ ਫਿਲਮ ਵੀ ਲੇਟ ਕੀਤੀ, ਅਤੇ ਆਈ ਥਿੰਕ 7-8 ਮਹੀਨੇ ਲਏ ਮੈਂ ਬਾਡੀ ਬਣਾਉਣ ਲਈ, ਟਰਾਂਸਫਰਮੇਸ਼ਨ ਕੀਤੀ, ਅਤੇ ਉਹ ਫਿਲਮ ਦੀ ਜੋ ਲੁੱਕ ਆਈ ਅਤੇ ਉਹ ਸਾਰੇ ਹੁਣ ਜਾਣਦੇ ਆ। ਸੋ ਇਹ ਵੀ ਜਦੋਂ ਫਿਲਮ ਮੇਰੇ ਕੋਲ ਆਫਰ ਹੋਈ, ਉਹ ਉਦੋਂ ਮੈਂ ਆਲਮੋਸਟ ਜਿਹੜੀ ਮੇਰੀ ਇੱਕ ਫਿਲਮ ਸੀਗੀ ਗੁਰਮੁਖ, ਮੈਂ ਕੰਪਲੀਟ ਕੀਤੀ ਸੀਗੀ, ਪਾਲੀ ਭੁਪਿੰਦਰ ਉਹਨਾਂ ਨੇ ਡਾਇਰੈਕਟ ਕੀਤੀ ਸੀ, ਅਤੇ ਉਸ ਤੋਂ ਇਮੀਡੀਏਟ ਬਾਅਦ ਹੀ ਇਹ ਆਫਰ ਆ ਗਈ, ਅਤੇ ਉਹ ਫਿਰ ਲੁੱਕ ਗੈਟਅਪ ਅਤੇ ਉਹ ਜੋ ਕੁਛ ਵੀ ਆ ਉਹਦਾ ਕ੍ਰੈਡਿਟ ਮੈਂ ਡਾਇਰੈਕਟਰ ਸਾਹਿਬ ਨੂੰ ਦਊਂਗਾ ਕਿ ਜਿੱਦਾਂ ਦਾ ਉਹਨਾਂ ਨੇ ਸੋਚਿਆ ਸੀਗਾ, ਡਰੈਸ ਰਿਹਰਸਲਸ ਹੋਈਆਂ, ਲੁੱਕ ਕੋਸਟਿਊਮ ਸਾਰਾ ਕੁਛ ਪਾ ਕੇ ਆਪਾਂ ਦੇਖਿਆ,
ਅਤੇ ਉਹ ਲੁੱਕ ਜੋ ਹੁਣ ਤੁਸੀਂ ਦੇਖ ਰਹੇ ਹੋ ਪੋਸਟਰਸ ਦੇ ਵਿੱਚ ਜਾਂ ਜੋ ਫੋਟੋਗ੍ਰਾਫਸ ਵੀ ਅਜੇ ਤੱਕ ਸਾਹਮਣੇ ਆਈਆਂ ਨੇ, ਸੋ ਸਾਰੇ ਐਪਰੀਸ਼ੀਏਟ ਕਰ ਰਹੇ ਅਤੇ ਚੰਗਾ ਲੱਗਦਾ ਹੈ ਕਿ ਚਲੋ ਮਤਲਬ ਮੈਂ ਕੁਲਜਿੰਦਰ ਸਿੱਧੂ ਨਹੀਂ ਲੱਗ ਰਿਹਾ, ਮੈਂ ਉਹੀ ਬਾਗੀ ਲੱਗ ਰਿਹਾ ਜਿਹੜਾ ਚਾਹੀਦਾ ਸੀ। ਹਾਂਜੀ, ਜਦੋਂ ਇਹ ਸਭ ਕਰੈਕਟਰ ਤੁਸੀਂ ਕਰਦੇ ਹੋ ਨਾ, ਤੁਸੀਂ ਤੁਹਾਡੇ ਹਿੱਸੇ ਹੁੰਦੇ ਨੇ, ਇੱਕ ਮਾਣ ਵਾਲੀ ਗੱਲ ਵੀ ਹੁੰਦੀ ਹੈ ਨਾ, ਕੀ ਮਹਿਸੂਸ ਕਰਦੇ ਹੁੰਦੇ ਹੋ ਜਦੋਂ ਇਹ ਕਰੈਕਟਰ ਸਭ ਕਰਦੇ ਹੋਣੇ, ਇੱਕ ਇਤਿਹਾਸ ਨਾਲ ਜੁੜਨ ਦਾ ਮੌਕਾ ਮਿਲਦਾ, ਇੱਦਾਂ ਦੇ ਕਰੈਕਟਰ ਕਰਨ ਦਾ ਮੌਕਾ ਮਿਲਦਾ, ਕਿਵੇਂ ਮਹਿਸੂਸ ਕਰਦੇ ਹੋ, ਕੀ ਚੱਲਦਾ ਹੁੰਦਾ ਚਾਹੀਂ ਦੇ ਵਿੱਚ? ਨਹੀਂ, ਇਹ ਤਾਂ ਬੜੀ ਪ੍ਰਾਊਡ ਮੂਮੈਂਟ ਹੁੰਦੀ ਆ ਜਦੋਂ ਤੁਸੀਂ ਕੋਈ ਕਰੈਕਟਰ ਜਿਹੜੇ ਰੀਅਲ ਲਾਈਫ ਕਰੈਕਟਰ ਹੁੰਦੇ ਨੇ, ਜਿੱਦਾਂ ਇਹ ਵੀ ਆਪਣੀ ਗਦਰ ਮੂਮੈਂਟ ਵੀ ਆ, ਹੁਣ 26 ਨਵੰਬਰ ਨੂੰ ਇਹਦੇ 100 ਸਾਲ ਪੂਰੇ ਹੋ ਜਾਣੇ ਨੇ। ਸੋ ਇਹ ਬੱਬਰ ਅਕਾਲੀ ਲਹਿਰ ਜਿਹੜੀ ਉਦੋਂ ਸ਼ੁਰੂ ਹੋਈ ਸੀ, ਇਹ ਗਦਰੀ ਜਿਹੜੇ ਆਪਣੇ ਲਈ ਸੰਘਰਸ਼ ਕਰਦੇ ਸੀ, ਇਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਬਹੁਤ ਵੱਡੇ ਪਰਦੇ 'ਤੇ ਆਈਆਂ ਨਹੀਂ, ਇਤਿਹਾਸ ਵਿੱਚ ਵੀ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ। ਸੋ ਇਹ ਇੱਕ ਕਹਾਣੀ ਗੁਰਮੁਖ ਸਿੰਘ ਮੁਸਾਫਰ ਹੋਣਾ ਦੀ ਲਿਖੀ ਅਤੇ ਬੜੀ ਟੱਚ ਕਰਦੀ, ਸਕੂਲਾਂ 'ਚ ਆਪਾਂ ਪੜ੍ਹੀ ਆਪਣੇ ਟਾਈਮ 'ਤੇ, ਤੁਸੀਂ ਵੀ ਸ਼ਾਇਦ ਪੜ੍ਹੀ ਹੋਵੇ, ਅਤੇ ਉਸ ਚੀਜ਼ ਮਤਲਬ ਆਲਮੋਸਟ ਕਹਿ ਲਓ 70-80% ਸੱਚੀ ਕਹਾਣੀ ਉਸ ਟਾਈਮ 'ਤੇ ਜਾਂ ਜੋ ਵਾਪਰੀਆਂ ਉਹਨਾਂ ਨੇ ਉਸ ਚੀਜ਼ ਨੂੰ ਬਿਆਨ ਕੀਤਾ ਕਿ ਸਿਰਫ ਬਾਗੀ ਹੀ ਨਹੀਂ ਸੀ ਸਫ਼ਰ ਕਰਦੇ, ਉਹਨਾਂ ਦੀਆਂ ਫੈਮਿਲੀਜ਼, ਉਹਨਾਂ ਦੇ ਬੱਚੇ ਕਿੱਦਾਂ ਸਫ਼ਰ ਕਰਦੇ ਸੀ। ਅਤੇ ਇਸ ਕਹਾਣੀ 'ਚ ਜਿੱਦਾਂ ਤੁਸੀਂ ਸ਼ੁਰੂਆਤ ਕੀਤੀ, ਸਾਰਾ ਫੋਕਸ ਬਾਗੀ ਦੀ ਬੱਚੀ 'ਤੇ ਆ ਕਿ ਇੱਕ ਛੋਟੀ ਬੱਚੀ ਕਿੱਦਾਂ ਸਫ਼ਰ ਕਰ ਰਹੀ ਆ, ਪੂਰੇ ਸੰਘਰਸ਼ ਦੇ ਵਿੱਚ ਜਜ਼ਬੇ ਨਾਲ ਲੜ ਵੀ ਰਹੀ ਆ, ਹੋਰ ਵੀ ਬਹੁਤ ਸਾਰੀਆਂ ਉਹਦੀਆਂ ਆਪਣੀਆਂ ਲਾਈਫ ਦੀਆਂ ਕੰਪਲੀਕੇਸ਼ਨਸ ਨੇ ਜਿਹੜੀਆਂ ਜਦੋਂ ਤੁਸੀਂ ਫਿਲਮ ਦੇਖੋਗੇ ਪਤਾ ਲੱਗੂਗਾ। ਅਤੇ ਉਹ ਮਤਲਬ ਇਹੋ ਜਿਹੇ ਕਰੈਕਟਰਸ ਅਤੇ ਇਹੋ ਜਿਹੇ ਮਾਹੌਲ ਦੇ ਵਿੱਚ ਜਾ ਕੇ ਜੀਣਾ, ਉਹਨਾਂ ਨੂੰ ਫੀਲ ਕਰਨਾ, ਹਮੇਸ਼ਾ ਹੀ ਮੇਰੇ ਤੋਂ ਹੁਣ ਗੱਲ ਕਰਦੇ ਆ ਲੂ ਕੰਡੇ ਖੜ੍ਹੇ ਹੋ ਜਾਂਦੇ। ਸੋ ਉਹ ਬਹੁਤ ਅੱਛੀ ਫੀਲਿੰਗ ਹੈ। ਬਿਲਕੁਲ ਦਿਲਨੂਰ, ਜਿੱਦਾਂ ਭਾਅ ਜੀ ਨੇ ਦੱਸਿਆ ਕਿ ਪੂਰਾ ਫੋਕਸ ਤੁਹਾਡੇ 'ਤੇ ਸੀਗਾ ਹੈ ਨਾ, ਅਤੇ ਤੁਹਾਨੂੰ ਕਰੈਕਟਰ ਵੀ ਕਰਨਾ ਪੈਣਾ ਸੀ, ਤੁਹਾਨੂੰ ਰੋਣਾ ਵੀ ਸੀਗਾ ਨਾ, ਪੂਰਾ ਉਹ ਫੀਲ ਦੇਣਾ ਸੀਗਾ, ਕਦੇ ਸੱਚ ਦੇ ਵਿੱਚ ਹੋਇਆ, ਤੁਸੀਂ ਸੱਚ ਵੀ ਤੁਹਾਡੇ ਅੱਖਾਂ 'ਚ ਪਾਣੀ ਆ ਗਿਆ ਹੋਵੇ, ਉਹ ਕਹਾਣੀ ਨੂੰ ਪੜ੍ਹਦੇ ਹੋ, ਕਹਾਣੀ ਨੂੰ ਮਾਨਦੇ ਹਾਂ। ਹਾਂ, ਜਦੋਂ ਮਤਲਬ ਫਾਈਨਲ ਹੋਇਆ ਸੀਗਾ ਉਸ ਟਾਈਮ 'ਤੇ, ਜਦੋਂ ਮਤਲਬ ਮੈਂ ਮੰਮਾ ਨੂੰ ਦੱਸਿਆ ਸੀਗਾ, ਬਿਕੋਜ਼ ਮੰਮਾ ਇਹਨਾਂ ਚੀਜ਼ਾਂ ਲਈ ਬਹੁਤ ਜ਼ਿਆਦਾ ਇਮੋਸ਼ਨਲ ਹੈ। ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਹੈ ਨਾ, ਜਦੋਂ ਮੈਂ ਦੱਸਿਆ ਸੀ ਤਾਂ ਲਿਟਰਲੀ ਮੰਮਾ ਰੋ ਪਏ ਸੀ, ਤਾਂ ਫਿਰ ਮੈਨੂੰ ਵੀ ਰੋਣਾ ਆ ਹੀ ਗਿਆ, ਕਿਉਂਕਿ ਵੈਸੇ ਤਾਂ ਮੈਂ ਰੋਣਾ ਨਹੀਂ ਸੀ। ਵੈਸੇ ਤਾਂ ਮੈਂ ਇੱਕ ਮਤਲਬ ਜਦੋਂ ਸਕ੍ਰਿਪਟ ਪੜ੍ਹੀ ਸਾਰਾ ਕੁਛ ਕੀਤਾ, ਮੈਂ ਬਹੁਤ ਖੁਸ਼ ਸੀ, ਬਟ ਥੋੜ੍ਹਾ ਮੈਂ ਰੋਈ ਸੀ। ਜਿਹਨੂੰ ਪਤਾ ਤੁਹਾਨੂੰ ਕਿ ਜੋ ਤੁਸੀਂ ਕਰੈਕਟਰ ਕੀਤਾ ਹਕੀਕਤ ਦੇ ਵਿੱਚ ਸਾਡੇ ਬੱਚਿਆਂ ਨਾਲ, ਸਾਡੀਆਂ ਜਿੰਨੀ ਕੁ ਤੁਹਾਡੀ ਏਜ ਹੈ, ਇੰਨੀ ਕੇਜ ਦੇ ਬੱਚਿਆਂ ਨਾਲ ਹਕੀਕਤ ਦੇ ਵਿੱਚ ਇਹ ਚੀਜ਼ਾਂ ਹੋਈਆਂ ਨੇ, ਔਰ ਬਹੁਤਾ ਲੰਬਾ ਸਫ਼ਰ ਵੀ ਨਹੀਂ, ਜੇ ਅਸੀਂ ਪਿਛਲੇ ਦਹਾਕੇ ਦੀ ਗੱਲ ਕਰ ਲਈਏ, 40-50 ਸਾਲ ਪਿੱਛੇ ਚੱਲ ਜਾਈਏ, 30 ਸਾਲ ਪਿੱਛੇ ਚੱਲ ਜਾਈਏ, ਉਦੋਂ ਕਦੀ ਗੱਲ ਹੀ ਹੈ। ਕਿੰਨਾ ਕੁ ਮਾਣ ਮਹਿਸੂਸ ਹੁੰਦਾ ਇਸ ਚੀਜ਼ ਨੂੰ ਲੈ ਕੇ ਕਿ ਤੁਸੀਂ ਉਹ ਕਰੈਕਟਰ ਕੀਤਾ ਜੋ ਅਸੀਂ ਚਾਹੁੰਦੇ ਸੀ ਹਕੀਕਤ ਦੇ ਵਿੱਚ ਇਹ ਕਰੈਕਟਰ ਆਵੇ? ਮੈਨੂੰ ਬਹੁਤ ਸੱਚੀ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ, ਬਿਕੋਜ਼ ਇਹ ਮੇਰੇ ਲਈ ਤੇ ਪੂਰੀ ਫਿਲਮ ਇੰਡਸਟਰੀ ਦੇ ਲਈ ਥੋੜੀ ਜਿਹੀ ਅੱਡ ਮੂਵੀ ਹੋਊਗੀ, ਤੇ ਮੇਰੇ ਲਈ ਇਹ ਅੱਡ ਕਰੈਕਟਰ ਸੀਗਾ। ਕਿੰਨੀ ਕੁ ਮਿਹਨਤ ਕਰਨੀ ਪਈ ਇਸ ਕਰੈਕਟਰ ਦੇ ਵਿੱਚ ਨੂੰ ਢਾਲਣ ਦੇ ਲਈ, ਕਿਉਂਕਿ ਤੁਸੀਂ ਬੜੇ ਸ਼ਰਾਰਤੀ ਜਿਹੇ ਬੱਚੇ ਹੋ ਨਾ ਉਦਾਂ ਦਾ? ਬਹੁਤ ਜ਼ਿਆਦਾ ਮਿਹਨਤ ਕਰਨੀ ਪਈ, ਤੇ ਉਹਦੇ 'ਚ ਇਹ ਵੀ ਨਹੀਂ ਸੀਗਾ ਕਿ ਸੋਹਣਾ ਦਿਖਣਾ, ਬਿਕੋਜ਼ ਨਹੀਂ ਤਾਂ ਸਿੰਪਲ ਫਿਲਮਾਂ ਦੇ ਵਿੱਚ ਮੈਨੂੰ ਹੁੰਦਾ ਕਿ ਮੈਂ ਸੋਹਣੀ ਦਿਖਾਂ, ਮੈਂ ਵਾਲ ਖੋਲਾਂ। ਉਹਦੇ 'ਚ ਸਰ ਨੇ ਮਤਲਬ ਉਹ ਜਿਹੜੀ ਹੁੰਦੀ ਹੈ ਨਾ, ਕੀ ਹੁੰਦਾ, ਕੋਲਾ ਹੁੰਦਾ, ਜਦੋਂ ਉਹਨਾਂ ਨੇ ਦਿਖਾਇਆ ਕਿ ਉਹ ਕਿਤੋਂ ਤੁਰ ਕੇ ਆ ਰਹੀ ਹੈ, ਤਾਂ ਫਿਰ ਕੋਲੇ ਨਾਲ ਸਰ ਨੇ ਸਾਰੇ ਕੱਪੜੇ ਖਰਾਬ ਕੀਤੇ ਸੀ ਮੇਰੇ ਉਸ ਟਾਈਮ ਤੇ। ਬਹੁਤ ਜ਼ਿਆਦਾ ਲੁੱਕ ਤੇ ਵੀ ਵਰਕ ਕੀਤਾ, ਤੇ ਹੋਰ ਵੀ ਬਾਕੀ ਚੀਜ਼ਾਂ ਦੇ ਉੱਤੇ ਬਹੁਤ ਵਰਕ ਸੀਗਾ, ਸੈਟਅਪ ਦੇ ਉੱਤੇ ਵਰਕ ਸੀਗਾ, ਹਰ ਇੱਕ ਚੀਜ਼ ਦੇ ਉੱਤੇ ਸੀਗਾ ਵਰਕ। ਸਭ ਤੋਂ ਜ਼ਿਆਦਾ ਔਖਾ ਹੁੰਦਾ ਸੀਗਾ ਜਿੱਦਾਂ ਤੁਸੀਂ ਕਿਹਾ ਨਾ, ਸ਼ਰਾਰਤੀ ਹੈ, ਸ਼ਰਾਰਤੀ ਇਹ ਤਾਂ ਰਾਤ ਨੂੰ ਸੁੱਤਿਆਂ ਪਿਆ ਵੀ ਸ਼ਰਾਰਤਾਂ ਕਰਦੀ ਹੈ, ਹੁਣ ਇਹ ਦੱਸ ਰਹੀ ਰਾਤੀ ਸੁੱਤਿਆਂ ਪਿਆ ਡੰਗੀ ਮੰਜੇ ਤੋਂ। ਸੋ ਇੰਨੀ ਸ਼ਰਾਰਤੀ ਆ, ਤੇ ਮੁਕੇਸ਼ ਸਰ ਦਾ ਸਾਰਾ ਜ਼ੋਰ ਹੀ ਹੁੰਦਾ ਸੀ ਕਿ ਕਿਉਂਕਿ ਕਰੈਕਟਰ ਸੀਰੀਅਸ ਸੀਗਾ, ਤੇ ਉਹਨਾਂ ਦਾ ਜ਼ੋਰ ਹੀ ਇਸ ਗੱਲ 'ਤੇ ਸੀ ਕਿ ਯਾਰ ਇਹਨੂੰ ਕੁੜੀ ਨੂੰ ਮੂਡ 'ਚ ਕਿੱਦਾਂ ਲਿਆ ਕੇ ਰੱਖਣਾ। ਉਹਨਾਂ ਨੂੰ ਇਹੀ ਟੈਨਸ਼ਨ ਹੁੰਦੀ ਸੀ ਕਿ ਜਿਸ ਹਿਸਾਬ ਨਾਲ ਇਹ ਚੁਲਬਲੀ ਦੇ ਪਿੱਛੇ ਮਤਲਬ ਬਿਹਾਈਂਡ ਕੈਮਰਾ ਇਹਨੇ ਸ਼ਰਾਰਤਾਂ ਕਰ ਰਹੀ ਹੁੰਦੀ ਸੀ, ਤਾਂ ਪਤਾ ਸੀ ਵੀ ਅਗਲਾ ਕਰੈਕਟਰ ਰੋਣ ਧੋਣ ਦਾ ਬੜਾ ਸੀਰੀਅਸ ਹੈ, ਅਤੇ ਉਹ ਇਹਨੂੰ ਦੇਖ ਰਹੇ ਹੁੰਦੇ ਵੀ ਇਹ ਹੁਣ ਢਲੂਗੀ ਕਿੱਦਾਂ। ਪਰ ਇਹਨੇ ਹਮੇਸ਼ਾ ਹੀ ਮਤਲਬ ਸਾਨੂੰ ਨਹੀਂ, ਮੈਨੂੰ ਕੋਈ ਮਿਹਨਤ ਨਹੀਂ ਕਰਨੀ ਪਈ, ਸਾਰਾ ਜ਼ੋਰ ਡਾਇਰੈਕਟਰ ਸਾਹਿਬ ਦਾ ਸੀਗਾ, ਕਿਉਂਕਿ ਜੋ ਵਿਜ਼ਨ ਜਿਸ ਹਿਸਾਬ ਨਾਲ ਉਹਨਾਂ ਨੇ ਕਰੈਕਟਰ ਸਾਰੇ ਸਿਰਜੇ ਸੀ, ਜਿਸ ਹਿਸਾਬ ਨਾਲ ਉਹ ਕਰੈਕਟਰ ਨੂੰ ਦੇਖਣਾ ਚਾਹੁੰਦੇ ਸੀ। ਮੇਰੇ ਵੀ ਕਈ ਵਾਰ ਤੁਸੀਂ ਐਜ਼ ਐਨ ਆਰਟਿਸਟ ਤੁਸੀਂ ਕਿਸੇ ਹੋਰ ਉਹਨੂੰ ਫੜ ਲੈਂਦੇ ਹੋ ਟਿਊਨ ਨੂੰ, ਕੋਈ ਹੋਰ ਸੁਰ ਹੁੰਦੀ ਤੁਹਾਡੀ, ਪਰ ਉਹ ਡਾਇਰੈਕਟਰ ਦਾ ਕੰਮ ਹੁੰਦਾ ਕਿ ਨਹੀਂ ਮੈਨੂੰ ਆਹ ਸੁਰ ਨਹੀਂ, ਮੈਨੂੰ ਇਸ ਸੁਰ ਦੇ ਵਿੱਚ ਕਰੈਕਟਰ ਇੱਦਾਂ ਦੀ ਪਰਫੋਰਮੈਂਸ ਚਾਹੀਦੀ ਹੈ। ਸੋ ਉਹ ਡਾਇਰੈਕਟਰ ਦਾ ਹੀ ਇਹ ਸਿਨੇਮਾ ਹੁੰਦਾ ਅਤੇ ਡਾਇਰੈਕਟਰ ਦਾ ਹੀ ਵਿਜ਼ਨ ਹੁੰਦਾ। ਸੋ ਬੜਾ ਸੋਹਣਾ ਉਹਨਾਂ ਨੇ ਕੰਮ ਇਹਦੇ ਕੋਲੋਂ ਵੀ ਕਰਾਇਆ, ਮੇਰੇ ਕੋਲ ਵੀ ਕਰਾਇਆ, ਬਾਕੀ ਆਰਟਿਸਟਾਂ ਕੋਲੋਂ ਵੀ ਕਰਾਇਆ। ਸੋ ਵੀਰੇ, ਜਿੱਦਾਂ ਸਰਾਰਤੀ ਗੱਲ ਕਰੀਏ ਨਾ, ਤੁਸੀਂ ਜਿੱਦਾਂ ਤੁਹਾਡੇ ਕਰੈਕਟਰ ਤੁਹਾਡੇ ਹਿੱਸੇ ਹੁੰਦੇ ਨੇ, ਇੱਕ ਪ੍ਰਾਊਡ ਵਾਲੀ ਗੱਲ ਆ ਉਹ ਤਾਂ ਹੈਗੀ ਹੈ ਨਾ, ਪਰ ਤੁਸੀਂ ਸਰਾਰਤੀ ਬੜੇ ਰਹੇ ਹੋ, ਜਿਵੇਂ ਪਲੱਸ ਵਨ ਦੀ ਗੱਲ ਕਰ ਲਾ ਤੁਸੀਂ ਕਿਸ ਤਰੀਕੇ ਨਾਲ ਆਪਣਾ ਸਰਟੀਫਿਕੇਟ ਲਿਆ ਸੀਗਾ ਜਾਂ ਉਹ ਸਕੂਲ ਟਾਈਮ ਦੀ ਗੱਲ ਕਰ ਲਾ, ਪਰ ਹੁਣ ਕਿੰਨਾ ਇੰਨਾ ਚੇਂਜ ਕਿਵੇਂ ਗੁਲਜਿੰਦਰ ਹੋਰਾਂ ਦੇ ਵਿੱਚ?
नहीं नहीं चेंज कुछ नहीं है, मैं देखो करैक्टर ही जिद्दां दे मेरे हिस्से आउंदे आ, मेरी पता नहीं शक्ल सूरत इदां दी जां मेरा एक्टिंग जां स्किल इहो जिहा ने कि मैनूं इहो जिहे करैक्टर ज़्यादा पसंद भी किए जाते ऑडियंस वालों और हिस्से भी ज़्यादा आउंदे आ, पर असल दे विच मैं हुण भी उहो जिहा ही कुलजिंदर सिद्धू आ जिहड़ा तुहाडे अंदर दा अंदर दा बचपन कितों नहीं मरदा। कल हुण मैं इत्थे ही मेरी हॉर्स राइडिंग करदिआं बांह टुट गई सीगी ते उह मैं अज ही पलस्टर इस इंटरव्यू करके उतारिया कि चलो चंगा नहीं लगेगा कैमरे च, ते अदरवाइज़ उह पलस्टर जिहा जिहड़ा बन्निआ होइआ टैंपर मूवेबल वो करके हुणे ही मैं हाइकिंग करके आया पहाड़ा पहुड़ा दी सैरां करके आया। सो कुछ ना कुछ लाइफ दे विच थ्रिल जिहा एडवेंचर जिहा बनिया रहना चाहिए, वो मैनू चंगा लगता करना। बिल्कुल। सो भाजी जिद्दां ना कि तुसीं फिल्म इदां हिस्से आउंदियां ने, तुसीं बहुत स्ट्रगल कीती इस चीज़ नूं पाउण लई, है ना। मैनूं याद आ कि तुसीं दस्सिया सीगा कि तुसीं एक बार तुहानूं मना भी करता सी डायरैक्टर ने भी नहीं इह करैक्टर तुसीं नहीं करोगे। सो जदों अज फिर वो हालातों नूं वेखदे होंगे कि अज कबड्डियां फिल्मां गुजेंद्र होरां दे हिस्से आउंदियां ने, फिर किवें लगदा वो मेहनत नूं वेखदे? हाँ मेरी जैसी मेहनत बड़ी अलग किस्म की सी, क्योंकि मैं एक्टिंग लाइन च आना चाहता सीगा कॉलेज टाइम तो भी, एक अद्धा प्ले भी मैं किया थिएटर का। उस तो बाद जो जलंधर मैं प्रोफेसनल लाइफ के आ गया सी, एडवरटाइजिंग एजेंसी अपनी शुरू कर ली, मास्टर ऑफ मास कम्यूनीकेशन जी मैं की उस तो बाद, तो उदों भी कितने ना कि इस लाइन च आना, तो मैं थिएटर करता हूँ सी उत्थे, नीरज कौशिक होना का ग्रुप है जलंधर जो उन्होंने उत्थे भी मैंने ज़्यादा मौका सबब बनया नहीं, क्योंकि थिएटर बहुत ज़्यादा कमिटमेंट तो बहुत ज़्यादा थोड़ा टाइम मंगता। मैं ऑलरेडी अपनी एजेंसी अपने काम च पै गया सीगा, सो उस वेले रोजी रोटी पहल हुंदी, तुहाडी शौक तुहाडे पिछे रह जांदे, वो पिछे रहिंदे रहिंदा शौक रह गया, ते 2009 तक जदों चार क पैसे असी कमा ले अपनी एड एजेंसी तो, ते उदों लगा कि हुण शौक पूरा करन दा टाइम है। फिर असी फिल्म बनाई मिनी पंजाब, गुरदास मान साहब नूं लैके 2008 चो फिल्म बनाई, तो मैनूं सीगा कि हाँ हुण फिल्म बना रहा प्रोड्यूसर मैं आ, पैसा भी मेरा लग रहा, तो हुण मैनूं कौन रोकू एक्टिंग करन तो, पर डायरैक्टर ने मैनूं नहीं लिया उस फिल्म लई। सो डायरैक्टर नूं कितें लगा कि यार ये प्रोड्यूसर बंदा है तो ये किदा एक्टिंग कर लूगा, उन्होंने नहीं सी पता कि आर्टिस्ट हैगा मेरे अंदर, उन्हें मेरा ऑडिशन भी नहीं लिया। मैं क्या यार ऑडिशन कर ला, तू मैनू रिजैक्ट कर देगा मैनू चंगा लगेगा, कि मैं ट्राई की मैं नहीं कामयाब होया, हर एक बंदे अंदर होंदा ही है, पर वो मेरे ना एक चलो माड़ी हुई, उस तो बाद कीड़ा मरिया नहीं, तो वह मैं खुशकिस्मत कह लो जां मैं अपनी जनून का धुन का पक्का रहा कि मैं 2012 च फिर एक कोशिश की साडा हक के रूप से, वो प्रवान हुई। उस तो बाद हुण मेरी जर्नी चली जा रही है, कम भी चले जा रहा, मतलब एक्टिंग भी चली जा रही, कितें कितें मैं लिख भी लैंना। सो सोहना सफर जिंदगी का, तो इस कैरियर का वधिया चल रहा। दिलदूर किन्ना औखा हुंदा जदों नाल नाल आपां स्कूल नूं अगे तोड़ना ना, स्टडी भी करनी है ते फिल्मां नूं भी टाइम देना, किन्ना औखा हुंदा? वैसे तो जिहड़ी इंडस्ट्री च मैं काम कर रही हाँ ਇਹਦੇ ਵਿੱਚ ਸਿਰਫ ਮੇਰੀ ਮਿਹਨਤ ਨਹੀਂ ਗੀ, ਮੇਰੇ ਪੇਰੈਂਟਸ ਦੀ ਮਿਹਨਤ ਹੈ, ਮੇਰੇ ਸਕੂਲ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ, ਬਿਕੋਜ਼ ਜਿਸ ਵੀ ਸਕੂਲ 'ਚ ਜਾਂਦੀ ਹਾਂ ਤਾਂ ਫਿਰ ਉਹ ਇੱਕ ਅਟੈਚਮੈਂਟ ਬਣ ਜਾਂਦੀ ਹੈ। ਬਾਕੀ ਟੀਚਰ ਮਤਲਬ ਜਿਸ ਵੀ ਟੀਚਰ ਨੂੰ ਮਿਲਦੀ ਹੈ, ਜਿਸ ਵੀ ਉਹਨੂੰ ਮਿਲਦੀ ਹਾਂ, ਉਹਨਾਂ ਨਾਲ ਮਤਲਬ ਕੁਦਰਤੀ ਇੰਨਾ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਕਿ ਟੀਚਰਸ ਕੁਛ ਨਹੀਂ ਕਹਿੰਦਾ ਮੈਨੂੰ, ਐਂਡ ਉਹ ਆਪੇ ਹੀ ਮੈਨੂੰ ਕਹਿ ਦਿੰਦੇ, ਜਿੱਦਾਂ ਕੋਈ ਬੱਚੇ ਨੂੰ ਕਹਿ ਦਿੰਦੇ ਕਿ ਹਾਂ ਦਿਲਨੂਰ ਦਾ ਕੰਮ ਤੂੰ ਕਰਨਾ ਹੈ ਜਾਂ ਫਿਰ ਦਿਲਨੂਰ ਨੂੰ ਤੂੰ ਕੰਮ ਸੈਂਡ ਕਰਨਾ ਹੈ। ਅਤੇ ਬਾਕੀ ਪਹਿਲਾਂ ਤਾਂ ਔਖਾ ਹੁੰਦਾ ਸੀ, ਕਿਉਂਕਿ ਦਿਲਨੂਰ ਕਿਵੇਂ ਦੀਆਂ ਸਰਾਰਤਾਂ ਹੁੰਦੀਆਂ ਸਕੂਲ ਦੇ ਵਿੱਚ, ਨਕਲ ਨੁਕਲ ਮਾਰਦੇ ਹੋ ਬੱਚਿਆਂ ਦਾ? ਨੋ ਮਾਣ ਮਹਿਸੂਸ ਨੂੰ ਮਿਲਦਾ ਸੱਚੀ ਗੱਲ ਹੈ। ਸੋ ਭਾਜੀ ਜਿੱਦਾਂ ਤੁਸੀਂ ਫਿਲਮ ਸਾਡਾ ਹੱਕ ਵੀ ਕੀਤੀ, ਮੈਂ ਨਾਲ ਨਾਲ ਉਹ ਚੀਜ਼ਾਂ ਵੀ ਤੋੜਦਾ ਰਹੂੰਗਾ ਕਿ ਤੁਹਾਨੂੰ ਬਹੁਤ ਸਾਰੇ ਲੋਕਾਂ ਨੇ ਡਰਾਇਆ ਵੀ ਹੋਣਾ ਵੀ ਤੁਸੀਂ ਏਦਾਂ ਦੀ ਕਰੈਕਟਰ ਕਿਉਂ ਕਰਦੇ ਹੋ, ਇਹ ਚੀਜ਼ ਤੁਹਾਡੇ ਨਾਲ ਹੋਈ? ਤੁਹਾਨੂੰ ਰੋਕਿਆ ਕਿਸੇ ਨੇ ਵੀ ਯਾਰ ਇਹ ਹੱਟ ਜੋ, ਇਹ ਇੱਦਾਂ ਦੇ ਕਰੈਕਟਰ ਨਾ ਕਰੋ, ਤੁਹਾਨੂੰ ਲੋਕ ਇਸੇ ਚੀਜ਼ 'ਚ ਅਸੈਪਟ ਕਰਨਗੇ? ਹਾਂ ਦਰਅਸਲ ਉਹ ਤਾਂ ਪਹਿਲੇ ਦਿਨੋਂ ਹੀ ਸਾਡਾ ਹੱਕ ਨਾਲ ਹੋਇਆ, ਕਿਉਂਕਿ ਜਿਹੜੀ ਮੈਂ ਹੁਣੇ ਦੱਸਿਆ 2009 'ਚ ਮਿੰਨੀ ਪੰਜਾਬ ਫਿਲਮ ਬਣਾਈ ਸੀ, ਉਹ ਮਿੰਨੀ ਪੰਜਾਬ ਨਹੀਂ ਸੀ ਬਣਾਉਣੀ ਫਿਲਮ, ਉਦੋਂ ਬਣ ਹੀ ਰਹੀ ਸੀ ਸਾਡਾ ਹੱਕ, ਪਰ ਮੇਰੇ 'ਤੇ ਪ੍ਰੈਸ਼ਰ ਸਾਰੇ ਪਾਸਿਓਂ ਇੰਨਾ ਜ਼ਿਆਦਾ ਆ ਗਿਆ ਕਿ ਨਹੀਂ ਯਾਰ ਤੂੰ ਪੰਗੇ ਵਾਲਾ ਕੰਮ ਕਰ ਰਿਹਾ, ਚੰਗੀ ਭਲੀ ਰੋਜ਼ੀ ਰੋਟੀ ਖਾਣ ਜੋਗੇ ਹੋਏ ਹਾਂ, ਅਤੇ ਹੁਣ ਤੂੰ ਇਹ ਮਤਲਬ ਪ੍ਰਵਾਨ ਨਹੀਂ ਕਰਨੀ ਸਰਕਾਰਾਂ ਨੇ ਜਿਹੋ ਜਿਹੀ ਤੂੰ ਗੱਲ ਕਹਿਣੀ ਚਾਹ ਰਿਹਾ, ਅਤੇ ਉਹ ਅਲਟੀਮੇਟਲੀ ਮੈਨੂੰ ਉਹਨੂੰ ਰੱਖਣਾ ਪਿਆ ਪਿੱਛੇ, ਜਿਹਨੂੰ ਕਹਿੰਦੇ ਠੰਡੇ ਬਸਤੇ 'ਚ ਮੈਂ ਪਾਤਾ ਉਹ, ਕਿ ਨਹੀਂ ਜਦੋਂ ਮੇਰੇ ਨਾਲ ਕੋਈ ਖੜਿਆ ਹੀ ਨਹੀਂ ਤਾਂ ਫਿਰ ਮੈਨੂੰ ਉਹ ਛੱਡਣਾ ਪਿਆ, ਅਤੇ ਅਸੀਂ ਫਿਰ ਮਿੰਨੀ ਪੰਜਾਬ ਵੱਢ ਲਈ, ਅਤੇ ਉਹ ਮਿੰਨੀ ਪੰਜਾਬ ਚਲੋ ਬਣੀ, ਫਿਲਮ ਬਣੀ, ਸਾਡੇ ਪੈਸੇ ਕਾਫੀ ਉਹ 'ਚ ਖਰਾਬ ਹੋਏ ਕਿਉਂਕਿ ਉਹ ਫਿਲਮ ਚੱਲੀ ਨਹੀਂ, ਫਲੋਪ ਹੋ ਗਈ, ਅਤੇ ਪਰ ਉਹ ਫਿਲਮ ਨੇ ਸਿਖਾ ਦਿੱਤਾ ਕਾਫੀ ਕੁਛ ਕਿ ਫਿਲਮ ਬਿਜ਼ਨਸ ਜਿਹੜਾ ਵਾ ਇਹਦੇ ਲਈ ਕੀ ਚਾਹੀਦਾ, ਅਤੇ ਕਾਫੀ ਕੁਛ, ਅਤੇ ਮਤਲਬ ਦੇਖਦਿਆਂ ਐਕਟਰਾਂ ਨੂੰ ਪਰਫੋਰਮ ਕਰਦਿਆਂ ਦੇਖਦਿਆਂ ਬਹੁਤ ਕੁਛ ਸਿੱਖਿਆ। ਅਤੇ ਉਹ ਫਿਰ ਜਦੋਂ 2012 'ਚ ਮੈਂ ਫਿਰ ਹਿੰਮਤ ਇਹੀ ਜੁਟਾਈ ਕਿ ਇਸ ਵਾਰੀ ਕੋਈ ਖੜ੍ਹੇ ਨਾ ਖੜ੍ਹੇ, ਇਸ ਵਾਰੀ ਮੈਂ ਇਕੱਲਾ ਹੀ ਫਿਲਮ ਬਣਾ ਦੂੰਗਾ, ਇਹ
मतलब वह फिर जो मैं जज्बे नाल ते डिसीजन लैके तोरी पिया फिर सारे साथी मेरे नाल आ गए जिहड़े डरदे सीगे हौली हौली पर सारे जुड़दे गए तो किते ना किते अखीर तक रिलीज़ तक भी सानू संघर्ष करना पिया धमकियां सहनियां पईयां कई तरह के प्रैशर सीगे पर वह कुदरती तौर पर भी जदों कुदरत ने साथ देना हुंदा सो रब की मेहर रही तो लोगों ने बड़ा साथ दिता साले ऑल ओवर वर्ल्ड की दुनिया वो पिछे आके खड़ गई मतलब फिल्म ना रह के एक मूवमेंट बन गई सो वो सारी चीज़ ने बड़ा सपोर्ट किया तो मतलब अज की डेट बड़ा चंगा लगता माण महसूस होंगे हूँ भी तुम कुलजिंदर ज़्यादातर साडा हक करके जान दौ तो वह मैं लगता कि मैं लिए एक बड़ा व्डा सगा क्योंकि मेरा वो अगे का प्लानिंग कुछ सी नहीं कि साडा हक तो बाद मैं एक्टिंग करूँगा यहोज कुछ नहीं मैं सोचा मैंने सगा कि आह एक गल कहनी है बाद उस बाद की बात देखी जाऊगी ਭਾਜੀ ਕਿਵੇਂ ਵੇਖਦੇ ਹੋ ਕਹਿੰਦੇ ਇੱਕ ਪਾਸੇ ਆਪਾਂ ਵੇਖਦੇ ਨੇ ਕਿ ਸਿਨੇਮਾ ਸਾਡਾ ਕੋਈ ਚੰਗਾ ਬਣੇ ਹੈ ਨਾ ਜਦੋਂ ਚੰਗੀਆਂ ਫਿਲਮਾਂ ਆਉਂਦੀਆਂ ਤਾਂ ਉਹਨਾਂ ਫਿਲਮਾਂ 'ਤੇ ਰੋਕ ਲਗਾ ਦਿੱਤੀ ਜਾਂਦੀ ਹੈਗੀ ਨਹੀਂ ਕਦੋਂ ਹੁਣ ਤਾਂ ਹਾਲਾਂਕਿ ਹਕੀਕਤ ਫਿਲਮਾਂ ਨੇ ਕਿਵੇਂ ਦੇਖਦੇ ਫਿਰ ਇੱਦਾਂ ਦਿਲ ਨਹੀਂ ਟੁੱਟਦੇ ਅਸੀਂ ਚੰਗੀ ਚੀਜ਼ ਵੇਖਣੀ ਤਾਂ ਸਾਨੂੰ ਸੱਚਾਈ ਦਿਖਾਉਣੀ ਪਊਗੀ ਫਿਰ ਹਾਂ ਬਿਲਕੁਲ ਦੇਖੋ ਹੁਣ ਹਰ ਚੀਜ਼ ਜਿੱਦਾਂ ਹੁਣ ਇਹ ਬਾਗੀ ਦੀ ਧੀ ਆ ਇਹਦੇ ਵਿੱਚ ਵੀ ਕੁਝ ਗੱਲਾਂ ਅਸੀਂ ਕਰਨਾ ਚਾਹੁੰਦੇ ਸੀ ਥੋੜ੍ਹੀ ਬਹੁਤੀ ਇਹਦੇ 'ਚ ਵੀ ਸੈਂਸਰ ਨੇ ਛੇੜਛਾੜ ਕੀਤੀ ਆ ਪਰ ਠੀਕ ਹੈ ਉਹ ਅਸੀਂ ਐਕਸੈਪਟ ਕਰ ਲਈ ਕਿਉਂਕਿ ਸਾਨੂੰ ਲੱਗਦਾ ਸੀ ਕਿ ਅਸੀਂ ਨਾ ਉਲਝੀਏ ਨਹੀਂ ਤਾਂ ਲੋਕਾਂ ਨੇ ਕਹਿਣਾ ਕਿ ਹਰ ਵਾਰੀ ਕੁਲਜਿੰਦਰ ਸਿੱਧੂ ਕੰਟਰੋਵਰਸੀ ਜਾਣ ਬੁੱਝ ਕੇ ਕ੍ਰੀਏਟ ਕਰਦਾ ਹਾਲਾਂਕਿ ਮੈਂ ਨਿੱਜੀ ਤੌਰ 'ਤੇ ਆਰਟਿਸਟ ਤੌਰ 'ਤੇ ਉਹ ਸਹਿਮਤ ਸੀ ਨਹੀਂ ਸੀ ਜਿਹੜੇ ਦੋ ਚਾਰ ਕੱਟ ਉਹਨਾਂ ਨੇ ਦਿੱਤੇ ਨੇ ਪਰ ਠੀਕ ਹੈ ਮੁਕੇਸ਼ ਸਰ ਦਾ PTC ਦਾ ਡਿਸੀਜਨ ਸੀ ਪ੍ਰੋਡਕਸ਼ਨ ਹਾਊਸ ਦਾ ਕਿ ਆਪਾਂ ਨਹੀਂ ਉਲਝਣਾ ਯਾਰ ਇਹਨਾਂ ਨਾਲ ਜਿੰਨਾ ਕਰਦੇ ਆ ਠੀਕ ਆ ਕਰੀਏ ਸੋ ਇਹ ਮੈਨੂੰ ਲੱਗਦਾ ਕਿ ਆਪਾਂ ਫਰੀਡਮ ਆਫ ਸਪੀਚ ਦੀ ਗੱਲ ਇੰਡੀਆ ਵਿੱਚ ਰਹਿ ਕੇ ਕਰਦੇ ਤਾਂ ਜ਼ਰੂਰ ਹਾਂ ਪਰ ਕਿਤੇ ਨਾ ਕਿਤੇ ਸੈਂਸਰ ਜਿਹੜਾ ਵਾ ਉਹ ਹੁੰਦਾ ਉਸ ਸਮੇਂ ਦੀ ਸਰਕਾਰ ਦੀ ਕਠਪੁਤਲੀ ਹੋਈ ਆ ਸੋ ਉਸ ਵੇਲੇ ਵੀ ਕਾਂਗਰਸ ਨੂੰ ਬਹੁਤ ਤਕਲੀਫ ਸੀ ਜਦੋਂ ਮੈਂ 2010 ਦੇ ਵਿੱਚ ਉਹ ਫਿਲਮ ਲੈ ਕੇ ਆਇਆ ਜ਼ਿਆਦਾਤਰ ਉਹਨਾਂ ਦਾ ਸੀਗਾ ਹਾਲਾਂਕਿ ਇੱਥੇ ਅਕਾਲੀ ਦਲ ਦੀ ਉਦੋਂ ਸਰਕਾਰ ਸੀਗੀ ਪਰ ਉਹ ਸੈਂਸਰ ਦੇ ਵਿੱਚੋਂ ਪਹਿਲੇ ਹੀ ਕਮੇਟੀ ਨੇ ਰਿਜੈਕਟ ਕਰਤੀ ਸੀ ਉਹ ਫਿਲਮ ਅਤੇ ਹਾਈ ਲੈਵਲ ਤੱਕ ਉਹਨਾਂ ਨੇ ਲੈਟਰਾਂ ਭੇਜਤੀਆਂ ਵੀ ਇਹ ਖਾਲਿਸਤਾਨ ਦਾ ਪ੍ਰੋਪੇਗੰਡਾ ਫਿਲਮ ਹੈ ਅਤੇ ਬੰਦਿਆਂ ਦੀ ਜਾਂਚ ਕੀਤੀ ਜਾਵੇ ਇਸ ਲੈਵਲ ਤੱਕ ਤਾਂ ਸਾਡੇ 'ਤੇ ਉਂਗਲੀਆਂ ਉੱਠੀਆਂ ਸੀ ਉਦੋਂ ਸੋ ਉਹ ਮੈਨੂੰ ਲੱਗਦਾ ਹੈ ਕਿ ਹੈਗਾ ਇੰਡੀਆ ਦੇ ਵਿੱਚ ਅਜੇ ਕਿਤੇ ਨਾ ਕਿਤੇ ਉਹ ਚੀਜ਼ਾਂ ਵੀ ਫੁੱਲ ਫਰੀਡਮ ਤਾਂ ਨਹੀਂ ਆ ਪਰ ਫਿਰ ਵੀ ਜਿੰਨੀ ਜਦੋਂ ਕਿਤੇ ਮੌਕਾ ਮਿਲੇ ਆਪਾਂ ਜਦੋਂ ਕੋਈ ਇਹ ਇਤਿਹਾਸ ਨੂੰ ਵਿੱਢਦੇ ਹਾਂ ਕਿਉਂਕਿ ਇਹ ਵਾਲਾ ਇਤਿਹਾਸ ਜਿਹੜਾ ਵਾ ਇਹ ਤਾਂ ਹੈ ਹੀ ਆ ਮਤਲਬ ਇਹ ਤਾਂ ਹੁਣ ਤਕਰੀਬਨ ਸਾਰੀਆਂ ਧਿਰਾਂ ਨੂੰ ਹੀ ਪ੍ਰਵਾਨਿਤ ਇਤਿਹਾਸ ਹੈ ਨਾ ਸਾਰੇ ਹੀ ਮੰਨਦੇ ਆ ਵੀ ਗਦਰੀ ਬਾਬਿਆਂ ਨੇ ਜੋ ਸਾਡੇ ਲਈ ਕੀਤਾ ਉਹਦਾ ਕੋਈ ਦੇਣ ਨਹੀਂ ਦੇ ਸਕਦਾ ਕਿੰਨੀਆਂ ਆਪਾਂ ਇਹਨਾਂ ਬਾਬਿਆਂ ਨੇ ਤਸੀਹੇ ਚੱਲੇ ਕਾਲੇ ਪਾਣੀ ਗਏ ਕੀ ਕੁਛ ਨਹੀਂ ਕੀਤਾ ਇਹਨਾਂ ਨੇ ਦੇਸ਼ ਦੇ ਲਈ ਸੋ ਉਹ ਸਾਰੇ ਹੀ ਟ੍ਰਿਬਿਊਟ ਕਰਦੇ ਆ ਸਲਿਊਟ ਕਰਦੇ ਆ ਸੋ ਇਸ ਕਰਕੇ ਇਸ ਫਿਲਮ ਦੇ ਲਈ ਤਾਂ ਨਹੀਂ ਜ਼ਿਆਦਾ ਸੈਂਸਰ ਵੱਲੋਂ ਦਿੱਕਤ ਆਈ ਸੋ ਕਿਵੇਂ ਵੇਖੀ ਜੇ ਅੱਜ ਦੇ ਹਾਲਾਤਾਂ ਦੀ ਗੱਲ ਕਰ ਲਈਏ ਕਿ ਅੱਜ ਪੰਜਾਬ 'ਚੋਂ ਬਗਾਵਤ ਮੁੱਕੀ ਕਿ ਜਾਂ ਅੱਜ ਵੀ ਪੰਜਾਬ ਉਹਨਾਂ ਹਾਲਾਤਾਂ ਨਾਲ ਜੂਝ ਰਿਹਾ ਬਗਾਵਤ ਹੀ ਅੱਜ ਵੀ ਪੰਜਾਬ ਹਾਂ ਪੰਜਾਬ ਤਾਂ ਹਮੇਸ਼ਾ ਹੀ ਐਂਟੀ ਸਟੈਬਲਿਸ਼ਮੈਂਟ ਚੱਲਦਾ ਹੀ ਰਿਹਾ ਇੱਥੇ ਇੱਥੇ ਤਾਂ ਜਦੋਂ ਵੀ ਜਦੋਂ ਹੁਣ ਦੇਖ ਲੈਂਦੇ ਹਾਂ ਕਿ ਸਾਰੇ ਦੁਨੀਆ ਦੇ ਵਿੱਚ ਜਦੋਂ BJP ਦੀ ਵੇਵ ਚੱਲੀ ਸੀ ਇੱਥੇ ਉਲਟ ਵੇਵ ਚੱਲਦੀ ਆ ਹਮੇਸ਼ਾ ਹੀ ਜਿਹੜੀ ਚੀਜ਼ ਐਂਟੀ ਸਟੈਬਲਿਸ਼ਮੈਂਟ ਹੀ ਇੱਥੇ ਹੁੰਦਾ ਜਿਹੜੀ ਸਰਕਾਰ ਸੈਂਟਰ 'ਚ ਆਉਂਦੀ ਇੱਥੇ ਉਹਦੇ ਉਲਟ ਆਉਂਦੀ ਹੈ ਸੋ ਪੰਜਾਬੀਆਂ ਦਾ ਇਹ ਹੈਗਾ ਸੁਭਾਅ ਨੇਚਰ ਹੈ ਇਹ ਸ਼ੁਰੂ ਤੋਂ ਹੀ ਜਦੋਂ ਤੋਂ ਧਾੜਵੀ ਇੱਥੇ ਆਉਂਦੇ ਰਹੇ ਆ ਇਹਨਾਂ ਦਾ ਹੁੰਦਾ ਵੀ ਜਿਹੜਾ ਵੀ ਸਾਡੇ 'ਤੇ ਰਾਜ ਕਰਨਾ ਉਹ ਗਾਹਾਂ ਤੋਂ ਨਹੀਂ ਪ੍ਰਵਾਨ ਕਰਨਾ ਸੋ ਇਹੋ ਜਿਹੀ ਨੇਚਰ ਤਾਂ ਹੈਗੀ ਆ ਪੰਜਾਬੀਆਂ ਦੀ ਬਗਾਵਤੀ ਨੇ ਅਤੇ ਦਲੇਰ ਨੇ ਬਹਾਦਰ ਕੌਮ ਹੈ ਅਤੇ ਆਪਾਂ ਦੇਖਦੇ ਹਾਂ ਦੇਸ਼ ਦੀ ਆਜ਼ਾਦੀ ਲਈ ਵੀ ਸਭ ਤੋਂ ਵੱਧ 80-85% ਕੁਰਬਾਨੀਆਂ ਇਸ ਧਰਤੀ ਦੇ ਲੋਕਾਂ ਨੇ ਦਿੱਤੀਆਂ ਨੇ ਸੋ ਉਹਦੇ ਲਈ ਤਾਂ ਹਮੇਸ਼ਾ ਪੰਜਾਬੀ ਹੋਣ 'ਤੇ ਮਾਣ ਹੁੰਦਾ ਹੀ ਹੈ ਬਿਲਕੁਲ ਦਲੂਰ ਫਿਲਮਾਂ ਤੋਂ ਇਲਾਵਾ ਹੋਰ ਕਿਹੜੇ ਤੁਹਾਡੇ ਸ਼ੌਕ ਆ ਜਿਹੜਾ ਤੁਸੀਂ ਨਾਲ ਨਾਲ ਚਲਾਉਂਦੇ ਹੋਗੇ ਮੈਨੂੰ ਤਾਂ ਕੱਪੜਿਆਂ ਦਾ ਬਹੁਤ ਸ਼ੌਕ ਹੈ ਅੱਛਾ ਕੱਪੜੇ ਜਿੱਦਾਂ ਹੀ ਮੇਰੀ ਫਿਲਮ ਹੁੰਦੀ ਹੈ ਖਤਮ ਨਾਲ ਮੈਂ ਫਸਟ ਸ਼ਾਪਿੰਗ ਲਈ ਜਾਣੀ ਆ ਕਿ ਇਹ ਤਾਂ ਤੁਹਾਡਾ ਵਿਜ਼ਨ ਕਲੀਅਰ ਆ ਹੁਣ ਵੀ ਤੁਸੀਂ ਫਿਲਮ ਲੈਣ ਦੇ ਵਿੱਚ ਹੀ ਹੋਣਾ ਅੱਗੇ ਹਾਂਜੀ ਤੇ ਬਾਕੀ ਥੋੜਾ ਇਹ ਵੀ ਹੈ ਕਿ ਮੈਂ ਪੜ੍ਹਾਈ ਵੱਲ ਵੀ ਕਨਸੈਂਟਰੇਟ ਕਰ ਪਾਵਾਂ ਬਿਕੋਜ਼ ਜਿੰਨੀ ਇਹ ਚੀਜ਼ ਮੇਰੇ ਲਈ ਬਹੁਤ ਜ਼ਰੂਰੀ ਹੈ ਮਤਲਬ ਇੰਨੀ ਤਾਂ ਨਹੀਂ ਕਹਿ ਸਕਦੇ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਓਨੀ ਮੇਰੇ ਲਈ ਪੜ੍ਹਾਈ ਜ਼ਰੂਰੀ ਹੈ ਬਿਕੋਜ਼ ਪੜ੍ਹਾਈ ਤੋਂ ਇਲਾਵਾ ਫਿਊਚਰ ਕੁਛ ਨਹੀਂ ਹੈ ਇਸ ਲਈ ਮੈਨੂੰ ਪੜ੍ਹਾਈ ਨੂੰ ਵੀ ਫਸਟ ਪ੍ਰੈਫਰੈਂਸ ਦੇਣੀ ਪੈਂਦੀ ਹੈ ਇਸ ਚੀਜ਼ ਨੂੰ ਵੀ ਕਈ ਵਾਰ ਉਹ 'ਚ ਡਿਫੀਕਲਟੀ ਹੁੰਦੀ ਹੈ ਬਟ ਆਈ ਨੋ ਕਿ ਕਰਨਾ ਪੈਣਾ ਹੈ ਬਿਕੋਜ਼ ਮੈਂ ਇਸ ਲਾਈਨ ਨੂੰ ਬਿਲਕੁਲ ਨਹੀਂ ਛੱਡ ਸਕਦੀ ਮੈਨੂੰ ਇਸ ਲਾਈਨ ਨਾਲ ਦਿਲੋਂ ਪਿਆਰ ਹੈ ਬਹੁਤ ਜ਼ਿਆਦਾ ਪਿਆਰ ਹੈ ਮੈਨੂੰ ਇਸ ਲਾਈਨ ਇਹਦੇ ਕੋਲ ਇੱਕ ਸਵਾਲ ਮੈਂ ਕਰਨਾ ਦਿਲੂਰ ਤੇਰੇ ਕੋਲੋਂ ਕਿ ਤੂੰ ਹੁਣ ਜਦੋਂ ਹੁਣੇ ਦੱਸਿਆ ਕਿ ਮੈਨੂੰ ਟੀਚਰਸ ਜਿਹੜੀਆਂ ਨੇ ਮੇਰਾ ਕੰਮ ਵੀ ਮੇਰੀ ਸਪੋਰਟ ਕਰ ਲਈ ਬੱਚਿਆਂ ਨੂੰ ਕਹਿ ਦਿੰਦੀਆਂ ਨੇ ਕਿ ਤੁਸੀਂ ਮੇਰੀ ਹੈਲਪ ਕਰ ਦਿਓ ਕੰਮ ਵਿੱਚ ਹੈ ਨਾ ਤੂੰ ਪੂਰੀ ਆਰਟਿਸਟ ਵਾਲੀ ਫੀਲਿੰਗ ਲੈਂਦੀ ਆ ਉੱਥੇ ਹੈ ਨਾ ਲੈਂਦੀ ਆ ਨਾ ਇਹਦਾ ਐਡਵਾਂਟੇਜ ਤਾਂ ਤੂੰ ਲੈਂਦੀ ਆ ਅਤੇ ਜਿੰਨੀ ਮਿਹਨਤ ਉੱਥੇ ਨਹੀਂ ਕਰਦੀ ਤਾਂ ਫਿਰ ਸ਼ੂਟ 'ਤੇ ਆ ਕੇ ਹੁੰਦੀ ਹੈ ਮੈਨੂੰ ਕਿਉਂਕਿ ਇਹ ਹੁੰਦਾ ਕਿ ਹੁਣ ਮੇਰਾ ਕੰਮ ਵੀ ਕੰਪਲੀਟ ਹੈ ਸਾਰਾ ਕੁਝ ਡਨ ਹੈ ਹੁਣ ਸਾਰਾ ਕੁਝ ਹੈ ਬਸ ਹੁਣ ਇਸ ਚੀਜ਼ ਤੇ ਕਨਸੈਂਟਰੇਟ ਕਰਨਾ ਸ਼ੂਟ ਦੀ ਕਿਤਾਬਾਂ ਨਾਲ ਹੁੰਦੀਆਂ ਨੇ ਤੁਹਾਡੇ ਹਾਂ ਕਈ ਵਾਰ ਹੋ ਜਾਂਦੀ ਹੈ ਮੈਂ ਤਾਂ ਨਹੀਂ ਦੇਖੀ ਕੋਈ ਕਿਤਾਬ ਤੇਰੀ ਨਹੀਂ ਨਹੀਂ ਮਤਲਬ ਕਈ ਵਾਰ ਜਿੱਦਾਂ ਕਈ ਵਾਰ ਟਾਈਮ ਮਿਲ ਜਾਂਦਾ ਹੈ ਨਾ ਤਾਂ ਫਿਰ ਹੋ ਜਾਂਦਾ ਹੈ ਕਈ ਵਾਰ ਨਹੀਂ ਤਾਂ ਜਿਹੜਾ ਕੰਮ ਨਹੀਂ ਹੁੰਦਾ ਉਹਦੀ ਕਈ ਵਾਰ ਲਰਨਿੰਗ ਰੀਡਿੰਗ ਕੁਝ ਇਦਾਂ ਹੋ ਜਾਂਦਾ ਹੈ ਠੀਕ ਅੱਛਾ ਨਾ ਤੁਹਾਡੇ ਜੋ ਇੱਕ ਡਾਇਲੌਗ ਸੁਣਾਂਗੇ ਤੁਹਾਡੇ ਤੋਂ ਫਿਲਮ ਦਾ ਇਸ ਫਿਲਮ ਦਾ ਇਸ ਫਿਲਮ ਦਾ
ਕੋਈ ਵੀ ਫਿਲਮ ਦੇ ਮੈਨੂੰ ਹੁਣ ਇੰਨੇ ਤਾਂ ਯਾਦ ਨਹੀਂ ਤੁਸੀਂ ਭਾਜੀ ਹੈਲਪ ਕਰ ਦਿਓ ਕੋਈ ਕਿਹੜਾ ਵਾਲਾ ਜਿਹੜੇ ਆਪਣੇ ਬਾਪੂ ਜੀ ਨਾਲ ਗੱਲ ਕਰਦੀ ਆ ਜਾਂ ਕੋਈ ਵੀ ਤੋ ਲਾਈਨਾਂ ਤੈਨੂੰ ਯਾਦ ਹੋਣ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਕੀ ਸੀ ਉਦੋਂ ਜਦੋਂ ਉਹ ਸ਼ਹੀਦ ਹੋ ਗਏ ਸੀ ਤਾਂ ਮੈਂ ਭਲਾ ਜੇਲ੍ਹ ਨਹੀਂ ਜਾ ਸਕਦੀ ਸੱਚੀ ਲੱਗਦਾ ਹੈ ਸਾਡੇ ਪੰਜਾਬ 'ਚ ਕਿਤੇ ਨਾ ਕਿਤੇ ਉਹ ਚੀਜ਼ ਹੈਗੀ ਆ ਨਾ ਅਸੀਂ ਫੀਲਿੰਗ ਅਸੀਂ ਸਾਡੇ ਦਿਲੋਂ ਅਸੀਂ ਜੁੜੇ ਜ਼ਰੂਰ ਹੋਏ ਹਾਂ ਇਤਿਹਾਸ ਨਾਲ ਇਹ ਤਾਂ ਬਸ ਇਹੀ ਹਿਸਟਰੀ ਆ ਜਿਹੜੀ ਅੱਗੇ ਦੀ ਅੱਗੇ ਆਪਾਂ ਨੂੰ ਹਮੇਸ਼ਾ ਜਦੋਂ ਵੀ ਪੰਜਾਬ ਡਿੱਗਦਾ ਖੜ੍ਹ ਜਾਂਦਾ ਹਿਸਟਰੀ ਕਰਕੇ ਆਪਣੇ ਇਤਿਹਾਸ ਕਰਕੇ ਹੀ ਖੜ੍ਹ ਜਾਂਦਾ ਸੋ ਇਹੋ ਜਿਹੇ ਜਜ਼ਬੇ ਜਿੱਦਾਂ ਗੁਰੂਆਂ ਦੇ ਟਾਈਮ ਤੋਂ ਹੀ ਸਾਡੇ ਅੰਦਰ ਭਰੇ ਗਏ ਨੇ ਹੈ ਨਾ ਛੋਟੇ ਸਾਹਿਬਜ਼ਾਦੇ ਇਹੋ ਜਿਹੇ ਬੱਚਿਆਂ ਨੂੰ ਇੰਸਪਾਇਰ ਕਰਦੇ ਨੇ ਵੱਡੇ ਜਰਨੈਲ ਬਹਾਦਰ ਸਾਡੇ ਵਰਗੇ ਬਾਗੀ ਜਿਹੜੇ ਸੀਗੇ ਉਹਨਾਂ ਨੂੰ ਇੰਸਪਾਇਰ ਕਰਦੀ ਜਾਂ ਹੁਣ ਦੀ ਜਨਰੇਸ਼ਨ ਨੂੰ ਵੀ ਇੰਸਪਾਇਰ ਕਰਦਾ ਹੀ ਇਤਿਹਾਸ ਪੰਜਾਬ ਦਾ ਸੋ ਬਿਲਕੁਲ ਦਿਲਨੂਰ ਤੁਸੀਂ ਇਸ ਫਿਲਮ ਤੋਂ ਬਾਅਦ ਤੁਹਾਨੂੰ ਬਹੁਤ ਕੁਝ ਮਿਲਣ ਵਾਲਾ ਬੱਚੇ ਤੁਸੀਂ ਬਹੁਤ ਇੱਕ ਚੰਗਾ ਤੁਸੀਂ ਐਫਰਟ ਕੀਤਾ ਬਹੁਤ ਇੱਕ ਚੰਗੀ ਫਿਲਮ ਦਿੱਤੀ ਹੈ ਤੁਹਾਨੂੰ ਸੋ ਅਸੀਂ ਇਹੀ ਕਾਮਨਾ ਕਰਾਂਗੇ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਬੁਲੰਦੀਆਂ ਹਾਸਿਲ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਭਾਜੀ ਕੀ ਤੁਸੀਂ ਅੱਗੇ ਮੈਸੇਜ ਤੁਸੀਂ ਕੀ ਦੇਣਾ ਚਾਹੋ ਮੈਸੇਜ ਇਹੀ ਹੈ ਕਿ ਬੜੀ ਮਿਹਨਤ ਦੇ ਨਾਲ ਅਤੇ ਬੜੀ ਇੱਕ ਵੱਖਰੀ ਕਿਸਮ ਦੀ ਅਸੀਂ ਫਿਲਮ ਬਣਾਈ ਹਾਂ ਅਤੇ ਮੇਰੇ ਖਿਆਲ ਨਾਲ ਹਰ ਕਿਸੇ ਨੂੰ ਇਹ ਦੇਖਣੀ ਚਾਹੀਦੀ ਆ ਇਹ ਇੱਕ ਇਤਿਹਾਸ ਦਾ ਪੰਨਾ ਹੈ ਸਾਡੇ ਗੌਰਵਮਈ ਇਤਿਹਾਸ ਦਾ ਇੱਕ ਪੰਨਾ ਹੈ ਸੋ ਬਾਕੀ ਫਿਲਮਾਂ ਤਾਂ ਆਪਾਂ ਐਂਟਰਟੇਨਮੈਂਟ ਲਈ ਦੇਖਦੇ ਹਾਂ ਸੋ ਇਹ ਫਿਲਮ ਤੁਹਾਨੂੰ ਐਂਟਰਟੇਨ ਵੀ ਕਰੂਗੀ ਬਹੁਤ ਕੁਝ ਸਿਖਾਊਗੀ ਵੀ ਤੁਹਾਡੇ ਇਤਿਹਾਸ ਨਾਲ ਨਵੀਂ ਜਨਰੇਸ਼ਨ ਨੂੰ ਰੂਬਰੂ ਕਰਵਾਊਗੀ ਸੋ ਮੈਨੂੰ ਲੱਗਦਾ ਮਿਸ ਨਹੀਂ ਕਰਨੀ ਚਾਹੀਦੀ ਹੈ ਫਿਲਮ ਅਤੇ ਬੱਚਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਫਿਲਮ ਸੋ ਬਿਲਕੁਲ ਜੀ 25 ਤਰੀਕ ਨੂੰ ਫਿਲਮ ਨੇ ਰਿਲੀਜ਼ ਹੋਣਾ ਅਸੀਂ ਅਕਸਰ ਅਸੀਂ ਗੱਲਾਂ ਕਰਦੇ ਹੁੰਦੇ ਹਾਂ ਕਿ ਸਾਡੇ ਪੰਜਾਬੀ ਸਿਨੇਮੇ 'ਚ ਕੁਝ ਵੱਖਰਾ ਅਤੇ ਕੁਝ ਨਵਾਂ ਆਵੇ ਸੋ ਦੋਸਤੋ ਵੱਖਰਾ ਅਤੇ ਨਵਾਂ ਤਾਂ ਇਸ ਫਿਲਮ ਦੇ ਜ਼ਰੀਏ ਅਸੀਂ ਵੇਖਾਂਗੇ ਸੋ ਨਾਲ ਸਾਨੂੰ ਇਤਿਹਾਸ ਦੇ ਨਾਲ ਜੁੜਨ ਦਾ ਮੌਕਾ ਮਿਲੂ ਸਾਨੂੰ ਆਪਣੇ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਵਿਖਾਉਣੀ ਚਾਹੀਦੀ ਹੈਗੀ ਕਿ ਅਸੀਂ ਕਿਸ ਹਾਲਾਤਾਂ ਤੋਂ ਸਾਡਾ ਪੰਜਾਬ ਗੁਜ਼ਰਿਆ ਸੀ ਕਹਾਣੀਆਂ ਜ਼ਰੂਰ ਸੁਣਾਉਣੇ ਆ ਔਰ PTC ਵਧਾਈ ਦਾ ਪਾਤਰ ਆ ਕਿ ਉਹਨਾਂ ਨੇ ਇੱਕ ਵੱਖਰਾ ਉਪਰਾਲਾ ਕੀਤਾ ਮੁਕੇਸ਼ ਗੌਤਮ ਜੀ ਹੋਰਾਂ ਨੇ ਜਿਨ੍ਹਾਂ ਨੇ ਉਹਨਾਂ ਨੇ ਡਾਇਰੈਕਟ ਕੀਤੀ ਇਸ ਫਿਲਮ ਨੂੰ ਔਰ ਵੱਖਰਾ ਉਪਰਾਲਾ ਕੀਤਾ ਵੀ ਇੱਕ ਜਿਗਰੇ ਦਾ ਕੰਮ ਚਾਹੀਦਾ ਜਦੋਂ ਅਸੀਂ ਕੁਝ ਬਦਲਾਅ ਲੈ ਕੇ ਆਉਣਾ ਹੋਵੇ ਤਾਂ ਇੱਕ ਜਿਗਰਾ ਚਾਹੀਦਾ ਬਹੁਤ ਵੱਡਾ ਸੋ ਇਹ ਜਿਗਰਾ ਕੀਤਾ ਇਸ ਟੀਮ ਨੇ ਵਧਾਈ ਦੇ ਪਾਤਰ ਨੇ ਔਰ ਸਾਡਾ ਹੱਕ ਬਣਦਾ ਕਿ ਅਸੀਂ ਫਿਲਮ ਨੂੰ ਵੱਧ ਚੜ ਕੇ ਅਸੀਂ ਫਿਲਮ ਨੂੰ ਵੇਖੀਏ ਉਸ ਫਿਲਮ ਨੂੰ ਵੇਖੀ ਨਾ ਅਸੀਂ ਫਿਲਮ ਦੀਆਂ ਗੱਲਾਂ ਕਰੀਏ ਹੈ ਨਾ ਅਸੀਂ ਆਪਣੇ ਯਾਰਾਂ ਦੋਸਤਾਂ ਨੂੰ ਇਸ ਫਿਲਮ ਬਾਰੇ ਦੱਸੀਏ ਜੇ ਫਿਲਮ ਵੇਖ ਆਏ ਕਿ ਬਾਈ ਅਸੀਂ ਫਿਲਮ ਵੇਖ ਆਏ ਤੁਸੀਂ ਇਸ ਫਿਲਮ ਦੇ ਨਾਲ ਜ਼ਰੂਰ ਜੁੜੋ